ਤਤੇ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤੈ ਜਾਨੀਐ ਸਦਾ ਬਸਤ ਤੁਮ ਸਾਥ ਤਨ ਧਨ ਜੇ ਤੋ ਕਉ ਦਿਓ ਤਾ ਸਿਉ ਨਹਿਉ ਨਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਹਰ ਜੇਨੀ ਕੇ ਧਾਮ ਕਉ ਨਾਨਕ ਸੁਨ ਰੇ ਮਨਾ ਸਿਮਰਤ ਕਾਏ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਉ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇਹ ਭਜ ਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਆਉਦ ਕਟਤ ਹੈ ਨੀਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਲਾਹੀ ਚਰਨਾਂ ਦਾ ਆਉ ਜੀ ਨਿਗਾ ਧਿਆਨ ਧਰੀਏ ਜੀ ਸਤਕਾਰ ਪ੍ਰੇਮ ਦੇ ਵਿੱਚ ਭੇਜਦੇ ਆਂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਅਸੀਸ ਬਖਸ਼ਿਸ਼ ਪਾਵਨ ਗੁਰੂ ਫਤੇ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਿੱਖਾਂ ਦੇ ਨੌਵੇਂ ਪਾਤਸ਼ਾਹ ਜਿਨ੍ਹਾਂ ਦੇ ਪਾਵਨ ਸ਼ਲੋਕਾਂ ਦੀ ਅਸੀਂ ਵਿਚਾਰ ਕਰ ਰਹੇ ਹਾਂ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪੰਜ ਸ਼ਲੋਕਾਂ ਦੀ ਵਿਚਾਰ ਕੀਤੀ ਸੀ ਜਿਹੜੀ ਸੰਖੇਪ ਰੂਪ ਦੇ ਵਿੱਚ ਅਸੀਂ ਆਪ ਸਰੋਤਿਆਂ ਦੇ ਸਾਹਮਣੇ ਰੱਖੀ ਸੀ ਅੱਜ ਦੀ ਵੀਡੀਓ ਦੇ ਵਿੱਚ ਵੀ ਅਸੀਂ ਉਹਨਾਂ ਪੰਜ ਸ਼ਲੋਕਾਂ ਦੀ ਵਿਚਾਰ ਕਰਨੀ ਹੈ ਜਿਹੜੇ 6 ਨੰਬਰ ਤੋਂ ਸਟਾਰਟ ਹੁੰਦੇ ਨੇ ਤੇ 10 ਤੱਕ ਅਸੀਂ ਲੈ ਕੇ ਚੱਲਾਂਗੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਇਹ ਪਾਵਨ ਰਚਨਾ ਬੜੀ ਹੀ ਪਿਆਰੀ ਹੈ ਤੇ ਤਕਰੀਬਨ ਸਿੱਖ ਧਰਮ ਦੇ ਵਿੱਚ ਹਰ ਇੱਕ ਪ੍ਰਾਣੀ ਨੂੰ ਇਹ ਸ਼ਬਦ ਜਿਹੜੇ ਨੇ ਯਾਦ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬਖਸ਼ਿਸ਼ ਕਰਦਿਆਂ ਹੋਇਆਂ 6 ਨੰਬਰ ਸ਼ਲੋਕ ਦੇ ਵਿੱਚ ਰਹਿਮਤ ਵਰਤਾਈ ਹੈ ਤੇ ਕਹਿੰਦੇ ਨੇ ਪਤਤ ਉਧਾਰਨ ਇਹ ਪਰਮਾਤਮਾ ਦਾ ਇੱਕ ਗੁਣ ਹੈ ਪਤਤ ਦਾ ਮਤਲਬ ਹੁੰਦਾ ਹੈ ਵਿਕਾਰਾਂ ਵਿੱਚ ਡਿੱਗਾ ਹੋਇਆ ਇਨਸਾਨ ਪਾਪੀ ਇਨਸਾਨ ਜਦੀ ਜ਼ਿੰਦਗੀ ਬਹੁਤ ਗੰਦਲੀ ਹੋ ਗਈ ਹੈ ਵਿਕਾਰ ਹੋ ਗਈ ਹੈ ਜਿਨੇ तकरीबन ਜ਼ਿੰਦਗੀ ਖਤਮ ਹੀ ਕਰ ਲਈ ਹੈ ਵਕਾਰਾਂ ਦੇ ਵਿੱਚ ਆਪਣੀ ਲਾਈਫ ਨੂੰ ਉਹਨੇ ਬਰਬਾਦ ਕਰ ਲਿਆ ਲੇਕਿਨ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਨਿਗਾਹ ਦੇੇਠ ਹੁੰਦਾ ਫਿਰ ਸਤਿਗੁਰੂ ਜੀ ਕਹਿੰਦੇ ਨੇ ਭੈ ਹਰਨ ਜਿੱਥੇ ਉਹ ਨਿਰੰਕਾਰ ਵਾਹਿਗੁਰੂ ਭੈ ਡਰ ਦੂਰ ਕਰ ਦਿੰਦਾ ਸਾਡੇ ਅੰਦਰ ਡਰ ਵੀ ਹੁੰਦੇ ਨਾ ਭਾਵੇਂ ਦੁਨਿਆਵੀ ਹੋਣ ਭਾਵੇਂ ਧਾਰਮਿਕ ਹੋਣ ਜੇ ਨਿਰੰਕਾਰ ਨਾਲ ਜੁੜਿਓ ਫਿਰ ਡਰ ਨਹੀਂ ਰਹਿੰਦੇ ਔਰ ਇਹ ਵੀ ਡਰ ਖਤਮ ਹੋ ਜਾਂਦਾ ਵੀ ਅਸੀਂ ਹੁਣ ਸਾਡਾ ਬਣੇਗਾ ਕੀ ਕਿਉਂਕਿ ਪਾਪ ਬੜੇ ਕੀਤੇ ਨੇ ਮਾਰੇ ਕੰਮ ਬੜੇ ਕੀਤੇ ਨੇ ਭਈ ਸਾਡਾ ਕੀ ਬਣੇਗਾ ਅਸੀਂ ਕਿਹੜੇ ਪਾਸੇ ਜਾਵਾਂਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਵਿਕਾਰਾਂ 'ਚ ਡਿੱਗੇ ਹੋਏ ਇਨਸਾਨ ਨੂੰ ਵੀ ਅਕਾਲ ਪ੍ਰਕਾਸ਼ ਵਾਹਿਗੁਰੂ ਉ ਤਾਂ ਚੁੱਕ ਲਿੰਦਾ ਦੁਨੀਆ ਦਾ ਹਰ ਇੱਕ ਡਰ ਉਹ ਅਕਾਲ ਪ੍ਰਕਾਸ਼ ਵਾਹਿਗੁਰੂ ਦੂਰ ਕਰ ਦਿੰਦਾ ਹਰ ਅਨਾਥ ਕੇ ਨਾਥ ਉਹ ਨਿਖਸਮਿਆਂ ਦਾ ਖਸਮੈ ਜਿੰਨੂੰ ਦੁਨੀਆ ਤੱਕੇ ਦਿੰਦੀ ਹੈ ਨਾ ਉਹਨੂੰ ਪਰਮਾਤਮਾ ਆਪਣੇ ਚਰਨਾਂ 'ਚ ਰੱਖ ਲਿੰਦਾ। ਉਹਨ ਇਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੀ ਇੱਕ ਬਚਨ ਆਪਾਂ ਤੁਹਾਡੇ ਸਾਹਮਣੇ ਰੱਖਦੇ ਆਂ। ਹਰ ਕੋ ਨਾਮ ਸਦਾ ਸੁਖਦਾਈ। ਗੁਰੂ ਤੇਗ ਬਹਾਦਰ ਸਿੰਘ ਕਹਿੰਦੇ ਪਰਮਾਤਮਾ ਦਾ ਨਾਮ ਸੁਖਦਾਈ ਹੈ ਸਦਾ ਹਮੇਸ਼ਾ ਸੁਖ ਦੇਣ ਵਾਲਾ। ਜਾਂ ਕੋ ਸਿਮਰ ਅਜਾਮਲ ਉਧਰਿਓ ਅਜਾਮਲ ਵਕਾਰਾਂ 'ਚ ਡਿੱਗਾ ਹੋਇਆ ਬੰਦਾ ਸੀ ਜਿਹਨੇ ਆਪਣੀ ਜ਼ਿੰਦਗੀ ਐਵੇਂ ਗੰਦਗੀ ਦੇ ਵਿੱਚ ਹੀ ਖਤਮ ਕਰ ਲਈ ਸੀ। ਜਾਂਕੋ ਸਿਮਰ ਅਜਾਮਲ ਉਧਰਿਓ ਗਨਕਾ ਹੂੰਗਤ ਪਾਈ ਵੇਸ਼ਵਾਸੀ ਗਨਕਾ ਲੇਕਿਨ ਵਾਹਿਗੁਰੂ ਨੇ ਉਹਦਾ ਵੀ ਉਧਾਰ ਕਰ ਦਿੱਤਾ ਜਦੋਂ ਉਹ ਸਿੱਧੇ ਰਸਤੇ ਉੱਤੇ ਤੁਰ ਪਈ ਤੇ ਕਿਉਂ ਨਹੀਂ ਬਈ ਗੱਲ ਬਣਦੀ ਜੇ ਅਸੀਂ ਤੁਰੀਏ ਤੇ ਨਿਰੰਕਾਰ ਬਾਹ ਫੜਦਾ ਜਿਹਨੂੰ ਲੋਕ ਧੱਕੇ ਮਾਰਦੇ ਨੇ ਜਿਹਨੂੰ ਲੋਕ ਜੱਗਾ ਨਹੀਂ ਦਿੰਦੇ ਜਿਹਨੂੰ ਲੋਕ ਆਪਣੇ ਘਰ 'ਚ ਰੱਖਣਾ ਪਸੰਦ ਨਹੀਂ ਕਰਦੇ ਜਿਹਨੂੰ ਲੋਕ ਵੇਖਣਾ ਪਸੰਦ ਨਹੀਂ ਕਰਦੇ ਹਰ ਅਨਾਥ ਕੇ ਨਾਥ ਨਿਰੰਕਾਰ ਉਹਦਾ ਵੀ ਬਣ ਜਾਂਦਾ ਜਿਹਨੂੰ ਲੋਕ ਤਰ ਘਾਰ ਦਿੰਦੇ ਨੇ ਨਿਰੰਕਾਰ ਉਹਨੂੰ ਆਪਣੇ ਚਰਨੀ ਲਾ ਲਿੰਦਾ ਵੱਡਾ ਬਣਾ ਦਿੰਦਾ ਇੱਥੇ ਤਾਂ ਕੌਡੇ ਰਾਖਸ਼ ਭੂਮੀਆਂ ਚੋਰ ਇਹੋ ਜੇ ਪਤਾ ਨਹੀਂ ਕਿੰਨੇ ਸੱਜਣ ਠੱਗ ਵਰਗੇ ਸਾਰੇ ਸੁਧਾਰ ਦਿੱਤੇ ਨਿਰੰਕਾਰ ਫਿਰ ਗੁਰੂ ਦੇ ਰਾਈ ਉਹਨਾਂ ਦੇ ਜੀਵਨ ਨੂੰ ਸਹੀ ਸਿੱਧੇ ਦਿੰਦਾ ਮੈਂ ਕਈ ਵਾਰ ਕਹਾਂ ਕਰਦਾ ਨਿਰੰਕਾਰ ਨੇ ਸੰਸਾਰ ਬਣਾਇਆ ਗੁਰੂ ਨੇ ਸੰਸਾਰ ਨੂੰ ਸਵਾਰਿਆ ਤੇ ਸ਼ਿੰਗਾਰਿਆ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਕਹਿੰਦੇ ਨੇ ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਐ ਬੰਦਿਆ ਉਸ ਨਿਰੰਕਾਰ ਨੂੰ ਇਉਂ ਜਾਣ ਕਿ ਉਹ ਹਮੇਸ਼ਾ ਤੇਰੇ ਨਾਲ ਵੱਸਦਾ ਹੈ ਹਮੇਸ਼ਾ ਤੇਰੇ ਅੰਗ ਸੰਗ ਵੱਸਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਤਾ ਇੱਕ ਗੱਲ ਸਮਝ ਤੇਰੇ ਪੈ ਗਈ ਪੱਲੇ ਪੈ ਗਈ ਵੀ ਉਹ ਮੇਰੇ ਅੰਗ ਸੰਗ ਹੈ ਨਾ ਤੂੰ ਤੂੰ ਵਿਕਾਰਾਂ ਵਿੱਚ ਡਿੱਗੇਗਾ ਨਾ ਤੇਰੀ ਜ਼ਿੰਦਗੀ ਕਦੇ ਖਤਮ ਹੋਏਗੀ ਤੇ ਨਾ ਦੁਨੀਆ ਦਾ ਤੈਨੂੰ ਕੋਈ ਡਰ ਹੋਏਗਾ ਤੇ ਨਾ ਤੈਨੂੰ ਕਦੇ ਇਹ ਮਹਿਸੂਸ ਹੋਏਗਾ ਵੀ ਮੈਂ ਕੱਲਾ ਕਾਰਾਂ ਹਾਂ ਤੇ ਮੇਰਾ ਕੋਈ ਨਹੀਂ ਰਿਹਾ ਜਿੱਦਾ ਕੋਈ ਨਹੀਂ ਹੁੰਦਾ ਉਹਦਾ ਨਿਰੰਕਾਰ ਹੁੰਦਾ ਵਾਹਿਗੁਰੂ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਦਾ 7ਵਾਂ ਸ਼ਲੋਕ ਹੈ ਜੀ ਤਨ ਤਨ ਜੇ ਤੋ ਕਉ ਦਿਓ ਜਿਸ ਵਾਹਿਗੁਰੂ ਨੇ ਤੈਨੂੰ ਤਨ ਦਿੱਤਾ ਆ ਸਰੀਰ ਮਿਲਣਾ ਹੀ ਬੜੀ ਵੱਡੀ ਗੱਲ ਹੈ ਮੈਂ ਕਈ ਵਾਰ ਕਿਆ ਕਰਦਾ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਇਨਸਾਨ ਉਹ ਹੁੰਦਾ ਹੈ ਜਿਹਦੇ ਕੋਲ ਤਨ ਵਧੀਆ ਹੈ ਸਾਫ ਸੁਧਰਾ ਹੈ ਤੇ arogh ਹੈ ਵੈਸੇ ਜਿਹਦੇ ਜਿਹਨੂੰ ਪ੍ਰਮਾਤਮਾ ਨੇ ਆ ਜੀਵਨ ਦਿੱਤਾ ਉਸ ਤੋਂ ਵੱਡਾ ਕੋਈ ਨਹੀਂ ਗੁਰਬਾਣੀ ਚ ਪੜ ਲਓ ਅਵਜੁਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਸਾਰੇ ਤੇਰੇ ਨੌਕਰ ਨੇ ਤੂੰ ਸਰਦਾਰ ਬਣਾਇਆ ਧਰਤੀ ਦਾ ਜਿਸ ਪ੍ਰਮਾਤਮਾ ਨੇ ਤੈਨੂੰ ਤਨ ਦਿੱਤਾ ਜਿਸ ਪ੍ਰਮਾਤਮਾ ਨੇ ਤੈਨੂੰ ਧਨ ਦਿੱਤਾ ਭਾਵ ਦੌਲਤ ਤਨ ਧਨ ਜਿਹ ਤੋ ਕੋ ਦਿਓ ਤਾਂ ਸਿਉ ਨਹਿੋ ਨਕੀਨ ਤੂੰ ਉਹਦੇ ਨਾਲ ਪਿਆਰ ਹੀ ਨਹੀਂ ਬਣਾਇਆ ਜਿਸ ਨੇ ਤੈਨੂੰ ਐਨਾ ਕੁਝ ਦਿੱਤਾ ਦੌਲਤ ਦਿੱਤੀ ਧਨ ਦਿੱਤਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤਉਬਦ ਨੀਕੀ ਖਟਾਨੀ ਜੀ ਕੀ ਏਕੈ ਹੀ ਪੈਮਾਨੀ ਅਵਰ ਜਤਨ ਕਰ ਰਹੇ ਬੋ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਦੁਨੀਆ ਦੇ ਕਿਸੇ ਦਰਵਾਜੇ ਤੇ ਜਾ ਕੇ ਨਹੀਂ ਤੇਰੀ ਸੁਣਮਾਈ ਹੋਣੀ ਸੁਣਮਾਈ ਨਰੰਕਾਰ ਦੇ ਘਰ ਵਿੱਚ ਹੋਣੀ ਭਲਿਆ ਉਹੀ ਸੁਣਦਾ ਤੇਰੇ ਦੁੱਖ ਸੁਖ ਦੁਨੀਆ ਨੂੰ ਦੁੱਖ ਸੁਣਾਏਗਾ ਇੱਕ ਦਿਨ ਫੇਰ ਤੇਰੇ ਲਾਗੇ ਨਹੀਂ ਕੋਈ ਲਗਣਾ ਇਹ ਤਨ ਵੀ ਉਹਦਾ ਧਨ ਵੀ ਉਹਦਾ ਤੇ ਜਿਨੇ ਇਨਾ ਕੁਝ ਦਿੱਤਾ ਤੇ ਤੂੰ ਉਹਦੇ ਨਾਲ ਪਿਆਰ ਹੀ ਨਹੀਂ ਪਾਇਆ ਤੂੰ ਉਹਨੂੰ ਯਾਦ ਕਰਨਾ ਵੀ ਚੰਗਾ ਨਹੀਂ ਸਮਝਦਾ ਗੁਰੂ ਤੇਗ বাহাদুর ਸਾਹਿਬ ਕਹਿੰਦੇ ਨੇ ਕਹੋ ਨਾਨਕ ਨਰ ਬਾਬਰੇ ਓਏ ਕਮਲਿਆ ਬੰਦਿਆ ਓ ਝੱਲਿਆ ਇਨਸਾਨਾ ਮੈਂ ਨਾਨਕ ਤੈਨੂੰ ਇੱਕ ਗੱਲ ਕਹਿ ਰਿਹਾ ਅੱਬ ਕਿਉਂ ਡੋਲਤ ਦੀਨ ਜਦੋਂ ਤੂੰ ਉਹਨੂੰ ਭੁੱਲ ਗਿਆ ਹੁਣ ਡੋਲਦਾ ਕਿਉਂ ਫਿਰਦਾ ਹੁਣ ਕਬਰਾਇਆ ਕਿਉਂ ਫਿਰਦਾ ਵੀ ਮਰ ਗਿਆ ਮਰ ਗਿਆ ਮਰ ਗਿਆ ਕਈ ਵਾਰ ਹੁੰਦਾ ਨਾ ਸਾਰਾ ਕੁਝ ਹੋਣ ਦੇ ਬਾਵਜੂਦ ਜਦੋਂ ਫਿਰ ਇਨਸਾਨ ਨੂੰ ਬਿਪਤਾ ਪੈਂਦੀ ਹੈ ਨਾ ਕੁਦਰਤ ਮਾਰ ਮਾਰਦੀ ਹੈ ਫਿਰ ਬੰਦਾ ਮਰ ਗਿਆ ਮਰ ਗਿਆ ਕਰਨਾ ਸ਼ੁਰੂ ਕਰ ਦਿੰਦਾ ਜਨਮੇ ਕੋ ਵਾਜੀ ਵਧਾਏ ਸੋਹਣੜੇ ਅਗਿਆਨੀ ਗਾਏ ਜਦੋਂ ਖੁਸ਼ੀ ਆ ਫਿਰ ਵਾਜੇ ਤੇ ਫਿਰ ਸੋਲੜੇ ਆਪਾਂ ਗਿਉਨੇ ਆ ਫਿਰ ਜੋ ਜਨਮੈ ਤਿਸ ਸਰਪਰ ਮਰਨਾ ਕਿਰਤ ਪਿਆ ਸរសਾਇ ਜਿਹੜਾ ਆਇਆ ਉਹਨੇ ਜਾਣਾ ਵੀ ਐ ਜੇ ਆਪਾਂ ਬਾਪੂ ਨੂੰ ਯਾਦ ਰੱਖੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਥ-ਸਾਥ ਸਪ੍ਰਤ ਪਾਲੇ ਜੇ ਉਹਦੇ ਬਣੋਗੇ ਤਾਂ ਕਬਰਾਟ ਕਦੋਂ ਹੁੰਦੀ ਐ ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਇ ਤਰਪਤਾਨੀ ਉਹ ਨਾ ਡਿੱਗਦਾ ਤੇ ਨਾ ਡੋਲਦਾ ਉਹ ਰਾਝ ਜਾਂਦਾ ਜਿਹਦੇ ਨਾਲ ਜਿਹਦੇ ਅੰਗ ਸੰਕਰਤਾ ਤੇ ਜਿਹੜਾ ਕਰਤੇ ਨੂੰ ਆਪਣੇ ਅੰਗ ਸੰਗ ਜਾਣਦਾ ਹੀ ਨਹੀਂ ਉਹਨੂੰ ਐਵੇਂ ਇਨਸਾਨ ਮਜ਼ਾਕ ਹੀ ਸਮਝੇ ਤੇ ਸਤਗੁਰ ਕਹਿੰਦੇ ਫਿਰ ਉਹੀ ਚੀਜ਼ਾਂ ਉਹਦੀਆਂ ਹੀ ਦਾਤਾਂ ਬੰਦੇ ਨੂੰ ਵੱਢਣ ਪੈਂਦੀਆਂ ਨੇ ਖਾਣ ਪੈਂਦੀਆਂ ਨੇ ਫਿਰ ਬੰਦਾ ਜਿਹੜਾ ਡੋਲ ਜਾਂਦਾ ਬੰਦੇ ਦੇ ਪੱਲੇ ਕੱਖ ਨਹੀਂ ਰਹਿੰਦਾ ਸੋ ਪਿਆਰਿਓ ਉਹਨੂੰ ਵੀ ਯਾਦ ਰੱਖਿਏ ਜਿਨਨੇ ਐਨਾ ਪਿਆਰਾ ਬਿਊਟੀਫੁਲ ਤੇ ਸੋਹਣਾ ਜੀਵਨ ਸਾਡੇ ਪੱਲੇ ਪਾਇਆ ਤਾਂ ਜੀਵਨ ਵਿੱਚ ਸੁੱਖ ਆਉਣਗੇ ਅੱਠਵਾਂ ਸ਼ਲੋਕ ਤਨ ਧਨ ਸੰਪੈ ਸੁਖ ਦਿਓ ਹੁਣ ਫਿਰ ਉਹੀ ਗੱਲ ਤੈਨੂੰ ਤਨ ਦਿੱਤਾ ਧਨ ਦਿੱਤਾ ਜ਼ਮੀਨ ਜਾਇਦਾਦ ਦਿੱਤੀ ਸਾਰੇ ਸੁੱਖ ਦਿੱਤੇ ਔਰ ਜਹੇ ਨੀਕੇ ਧਾਮ ਤੇ ਤੈਨੂੰ ਬੜੇ ਸੋਹਣੇ ਘਰ ਰਹਿਣ ਵਾਸਤੇ ਬਾਪੂ ਨੇ ਨਿਰੰਕਾਰ ਨੇ ਪ੍ਰੋਵਾਈਡ ਕਰਵਾ ਦਿੱਤੇ ਦਿੱਤੇ ਦਿੱਤਾ ਤਾਂ ਸਭ ਕੁਝ ਉਹਨੇ ਤੈਨੂੰ ਕਹੋ ਨਾਨਕ ਸੁਨ ਰੇ ਮਨਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੇ ਮੇਰੇ ਆ ਮਨਾ ਸੁਣ ਸਿਮਰਤ ਕਾਹੇ ਨਾ ਰਾਮ ਤੂੰ ਉਸ ਨੂੰ ਕਿਉਂ ਨਹੀਂ ਸਿਮਰਦਾ ਜਿਹੜਾ ਪੂਰੀ ਕਾਇਨਾਤ 'ਚ ਰਮਿਆ ਹੈ ਜਿਹੜਾ ਹਰ ਜਗ੍ਹਾ ਤੇ ਮੌਜੂਦ ਹੈ ਉਹ ਭਾਈ ਤੂੰ ਕਿਉਂ ਨਹੀਂ ਯਾਦ ਕਰਦਾ ਉਹਨੂੰ ਕਿਉਂ ਨਹੀਂ ਸਿਮਰਦਾ ਜਿਨੇ ਤੈਨੂੰ ਇੰਨਾ ਕੁਝ ਦਿੱਤਾ ਹੈ ਜੀਵਨ ਦੇ ਵਿੱਚ ਸਾਰੀ ਸੁੱਖ ਨੇ ਪਿਆਰਿਓ ਪਰ ਦੁੱਖ ਉਹੀ ਹੈ ਜਦੋਂ ਉਹ ਵਿਸਰ ਜਾਏ ਵੇਖੋ ਘਰ ਵਿੱਚ ਨਾ ਲਹਿਰਾ ਬਹਿਰਾ ਹੋਣ ਵੀ ਆ ਤੁਹਾਨੂੰ ਲੱਗੇਗਾ ਵੀ ਫੁੱਲ ਖੇੜੇ ਹੋਏ ਨੇ ਖੁਸ਼ਬੂਆਂ ਆ ਰਹੀਆਂ ਨੇ ਜੀਵਨ ਹਲਕਾ ਫੁਲਕਾ ਲੱਗੇਗਾ ਜੇ ਉਹਦੇ ਸ਼ੁਕਰਾਨੇ ਵੱਲ ਜੁੜ ਜਾਓਗੇ ਬਾਰ ਬਾਰ ਸਤਿਗੁਰੂ ਇਹ ਗੱਲ ਕਹਿੰਦੇ ਨੇ ਨਾ ਕਿ ਧੰਨ پا ਕੇ ਮਾੜੇ ਕੰਮ ਨਾ ਕਰੀ ਸੋਨੇ ਘਰ ਵਿੱਚ ਰਹਿ ਕੇ ਉਹਨੂੰ ਨਾ ਭੁੱਲ ਜਾਈਂ ਜਿਸ ਘਰ 'ਚ ਰਹਿ ਰਿਆਂ ਇਹ ਯਾਦ ਰੱਖਣਾ ਉਹਨੇ ਹੀ ਦਿੱਤਾ ਫਿਰ ਗੱਲ ਬਣੀ ਜਿਹੜੀ ਦੌਲਤ ਨੂੰ ਵਰਤ ਰਿਆਂ ਇਹ ਯਾਦ ਰੱਖਣਾ ਉਸ ਨਿਰੰਕਾਰ ਨੇ ਹੀ ਦਿੱਤੀ ਹੈ ਫਿਰ ਆਨੰਦ ਹੈ ਜਿਸ ਸਰੀਰ ਨੂੰ ਵਰਤ ਰਿਆਂ ਇਹ ਯਾਦ ਰੱਖਣਾ ਉਹਦਾ ਦਿੱਤਾ ਹੋਇਆ ਹੈ ਇਹ ਫਿਰ ਸੁਖ ਹੈ ਜੀਵਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਨੌਵਾਂ ਸ਼ਲੋਕ ਸਭ ਸੁਖ ਦਾਤਾ RAM ਹੈ ਸਾਰੇ ਸੁਖ ਦੇਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ RAM ਹੈ ਭਾਵ ਨਿਰੰਕਾਰ ਜਿਹੜਾ ਪੂਰੀ ਕਾਇਨਾਤ ਵਿੱਚ ਰਹਿੰਦਾ ਦੂਸਰ ਨਾਹਿੰ ਕੋਈ ਇਹ ਭਲੇਖਾ ਨ ਰੱਖੀ ਕੋਈ ਦੂਜਾ ਤੈਨੂੰ ਸੁੱਖ ਦੇਵੇਗਾ ਦੂਸਰਾ ਕੋਈ ਨਹੀਂ ਸੁੱਖ ਦਿੰਦਾ ਇਸ ਲਈ ਇੱਕ ਤਾਂ ਇਹ ਗੱਲ ਯਾਦ ਰੱਖ ਕਿ ਸੁੱਖਾਂ ਦੀ ਖਾਤਰ ਬੰਦਿਆ ਬੰਦੇ ਦੇ ਸਾਹਮਣੇ ਹੱਥ ਜੋੜ ਕੇ ਨਾ ਖੜਾ ਕੋਈ ਤੈਨੂੰ ਸੁੱਖ ਨਹੀਂ ਦੇਣ ਲੱਗਾ ਸੁੱਖ ਦੇਵੇਗਾ ਤੇ ਕੇਵਲ ਇੱਕ ਨਿਰੰਕਾਰ ਇੱਕ ਅਕਾਲਪੁਰਖ ਵਾਹਿਗੁਰੂ ਬੰਦਾ ਤਾਂ ਬੰਦੇ ਨੂੰ ਖਾਣ ਪੈਂਦਾ ਦੂਸਰੀ ਗੱਲ ਇਹ ਯਾਦ ਰੱਖ ਰਵਾਇ ਗੁਰੂ ਦੇ ਚਰਨਾਂ ਤੋਂ ਇਲਾਵਾ ਹੋਰ ਕਿਤੇ ਸੀਸ ਨਾ ਨਵਾ ਹੋਰ ਕਿਤੇ ਟੱਕਰਾਂ ਨਾਲ ਮਰਦਾ ਫਿਰ ਹੋਰ ਨਾ ਵਹਿਮਾਂ ਭਰਮਾਂ ਕਰਮਕੰਡਾਂ ਵਿੱਚ ਨਾ ਪੈ ਹੋਰ ਕਿਤੇ ਨਾ ਜਾਇ ਐਵੇਂ ੱੱੱਕੀ ਪੈਣੇ ਨੇ ਜਿੱਥੇ ਜਾਏਗਾ ਕੱਖ ਨਹੀਂ ਮਨ ਲੱਗਾ ਤੈਨੂੰ ਪੂਜਣਾ ਤਾਂ ਇੱਕ ਨੂੰ ਪੂਜੋ ਪੂਜੋ ਰਾਮ ਏਕ ਹੀ ਦੇਵਾ ਇੱਕ ਨਾਲ ਜੁੜ ਜਾਓ ਜਿਹੜੇ ਇੱਕ ਨਾਲ ਜੁੜਦੇ ਨੇ ਉਹੀ ਸੁਹਾਗਣਾ ਹੁੰਦੀਆਂ ਨੇ ਜਿਹੜੀਆਂ ਇੱਕ ਨਾਲ ਰਹਿੰਦੀਆਂ ਨੇ 세 ਕੋਈ ਹੈ ਜਿਹੜਾ ਇੱਕ ਨਾਲ ਰਹਿੰਦਾ ਤੇ ਜਿਹਨੂੰ ਆਇਦਰ ਵੀ ਵਿਸ਼ਵਾਸ ਓਦਰ ਵੀ ਵਿਸ਼ਵਾਸ ਆਇਦਰ ਵੀ ਤੱਕੇ ਖਾਂਦਾ ਓਦਰ ਵੀ ਤੱਕੇ ਖਾਂਦਾ ਜਿਹਨੂੰ ਆਸਾਂ ਹੀ ਲੈ ਕੇ ਬੈਗੀਆਂ ਆਸੇ-ਪਾਸੇ ਦੀਆਂ ਪਿਆਰਿਓ ਉਹਦੇ ਪੱਲੇ ਕੁਝ ਵੀ ਨਹੀਂ ਪੈਂਦਾ ਟੁੱਟੇਂ ਦੀਏ ਸੁਹਾਗ ਕੁ ਤਉ ਤਨਕਾਈ ਕੋਰ ਜਿਨ੍ਹਾਂ ਨਾਂ ਸੁਹਾਗਣੀ ਤਿੰਨਾ ਝਾਕ ਨਾ ਹੋਰ ਸਭ ਸੁਖ ਦਾਤਾ RAM ਹੈ ਝਾਕ ਨਹੀਂ ਰੱਖਣੀ ਆਪਾਂ ਆਸੇ-ਪਾਸੇ ਦੀ ਵੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਿੱਖ ਹੋਰ ਕਿਤੇ ਜਾਏ ਹੀ ਨਾ ਕਈ ਵੀ ਮੈਨੂੰ ਤਾਂ ਸਭ ਕੁਝ ਇੱਥੋਂ ਮਿਲਿਆ ਤੇ ਮੈਂ ਇੱਥੇ ਰਹਿਣਾ ਵੀ ਮੈਂ ਕਿਉਂ ਹੋਰ ਕਿਸੇ ਪਾਸੇ ਜਾਵਾਂ ਵੀ ਇੱਥੋਂ ਹੀ ਮਿਲਣਾ ਹੋਰ ਕਿਤੋਂ ਮਿਲਣਾ ਨਹੀਂ ਮੈਨੂੰ ਮੈਂ ਮੈਂ ਤੱਕੇ ਤਾਂ ਅਸੇ ਪਾਸੇ ਕਾਵਾ ਜਦੋਂ ਮੇਰੇ ਮੇਰੇ ਗੁਰੂ ਦੇ ਕੋਲ ਕੱਖਣਾ ਹੋਵੇ ਜਦੋਂ ਇਸ ਘਰ ਦੇ ਵਿੱਚ ਸਾਰ ਸਭ ਕੁਝ ਹੈ ਸਾਰੀਆਂ ਦਤਾਂ ਨੇ ਮੈਂ ਅਸੇ ਪਾਸੇ ਤੱਕੇ ਕਿਉਂ ਖਾਵਾਂ ਤੇ ਜਿਹੜੇ ਤੱਕੇ ਖਾਂਦੇ ਨੇ ਇਹਦਾ ਮਤਲਬ ਹੈ ਉਹਨਾਂ ਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ ਰਿਹਾ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਰਿਹਾ ਆਪਣੇ ਗੁਰੂ ਤੇ ਬਲੀਵ ਨਹੀਂ ਰਿਹਾ ਤਾਂ ਤੱਕੇ ਖਾ ਰਹੇ ਨੇ ਤੇ ਜਿਨ੍ਹਾਂ ਨੂੰ ਗੁਰੂ ਤੇ ਬਲੀਵ ਹੋਵੇ ਦੇਖੋ ਭਾਈ ਸਹਿ ਭਾਈ ਸੰਗਤ ਸਿੰਘ ਨੂੰ ਪਤਾ ਵੀ ਅਗਲਾ ਦਿਨ ਜਿਹੜਾ ਚੜਨ ਵਾਲਾ ਸ਼ਹੀਦ ਹੋਣਾ ਆਪਾਂ ਨਹੀਂ ਰਹਿਣਾ ਦੁਨੀਆ 'ਚ ਫੇਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਸੱਚਿਆ ਪਾਤਸ਼ਾਹ ਆਪਣਾ ਮੇਰ ਪ੍ਰਿਆ ਸਿਰ ਤੇ ਯਾਤ ਰਖੀ ਸਿੱਖੀ ਸਦਕ ਨੇ ਬਜਾਏ ਵੇਖੋ ਭਾਈ ਤਾਰੂ ਸਿੰਘ ਜਦੋਂ ਤੁਰੇ ਨੇ ਲਾਹੌਰ ਵਾਲ ਨੂੰ ਪਤਾ ਵੀ ਨਹੀਂ ਜਿਉਂਦਾ ਅਗਲੇ ਨੇ ਮੋੜ ਦੇਣਾ ਪਰ ਫੇਰ ਵੀ ਸਿੱਖੀ ਸਦਕ ਵਿੱਚ ਸੰਪੂਰਨ ਤੁਰੇ ਕਮਰਾਏ ਨਹੀਂ ਉਹ ਕਿਉਂਕਿ ਉਹਨਾਂ ਨੂੰ ਪਤਾ ਸੁੱਖ ਤਾਂ ਉਸੇ ਦਰ ਤੋਂ ਮਿਲਣਾ ਐਵੇਂ ਜਗਾ ਜਗਾ ਤੇ ਧੱਕੇ ਖਾਣ ਨਾਲ ਕੁਝ ਨਹੀਂ ਮਿਲਣ ਲੱਗਾ ਜੁੜੇ ਰਹੇ ਔਰ ਮਿਲਿਆ ਵੀ ਅੱਜ ਤੱਕ ਆਪਾਂ ਉਹਨਾਂ ਨੂੰ ਯਾਦ ਰੱਖਦੇ ਆਂ ਸਭ ਸੁਖ ਦਾਤਾ RAM ਹੈ ਦੂਸਰ ਨਾਹਨ ਕੋਏ ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਦੇਹ ਧਾਰੀਆਂ ਦੇ ਸਾਹਮਣੇ ਜਾ ਕੇ ਮੱਥੇ ਟਿਕਦੇ ਫਿਰਦੇ ਆ ਉਹਨਾਂ ਨੂੰ ਨਮਸਕਾਰਾਂ ਕਰਦੇ ਫਿਰਦੇ ਉਹਨਾਂ ਨੂੰ ਪੂਜਦੇ ਫਿਰਦੇ ਆ ਨਾ ਉਹ ਸਭ ਤੋਂ ਵੱਡਾ ਧੋਖਾ ਖਾ ਰਹੇ ਨੇ ਇਸ ਜ਼ਿੰਦਗੀ ਦਾ ਇਸ ਲਾਈਫ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਨਾ ਪਾਸਿਆਂ ਤੇ ਜਾ ਕੇ ਆਪਣੇ ਸੀਸ ਨਵਾਉਂਦੇ ਫਿਰਦੇ ਆ ਝੁੱਕਦੇ ਫਿਰਦੇ ਕਹੋ ਨਾਨਕ ਸੁਣ ਰੇ ਮਨਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰੇਆ ਮਨਾ ਸੁਣ ਤੇ ਹਿਸਿਮਰਤ ਗਤ ਹੋਏ ਜੇ ਉਹਨੂੰ ਤੂੰ ਸਿਮਰੇਗਾ ਤੇਰੀ ਆਤਮਿਕ ਅਵਸਥਾ ਵੀ ਵਾਹਿਗੁਰੂ ਉੱਚੀ ਕਰ ਦੇਗਾ ਤੈਨੂੰ ਬਹੁਤ ਉੱਚਾ ਕਰੇਗਾ ਤੈਨੂੰ ਬੜਾ ਮਹਾਨ ਬਣਾ ਦੇਗਾ ਉਹ ਅਕਾਲ ਪੁਰਖ ਵਾਹਿਗੁਰੂ ਐਵੇਂ ਤੂੰ ਡਿੱਗਾ ਫਿਰਦਾ ਵਕਾਰਾਂ ਵਿੱਚ ਹੀਠਾਂ ਤੇਰੀ ਜਿਹੜਾ ਤੇਰਾ ਲੈਵਲ ਨੀਵਾ ਹੋ ਰਿਹਾ ਨਿਰੰਕਾਰ ਨੇ ਚੁੱਕ ਦੇਣਾ ਤੈਨੂੰ ਬੜਾ ਉੱਚਾ ਲੈ ਜਾਂਦਾ ਵਾਹਿਗੁਰੂ ਜੇ ਉਸ ਉੱਚੇ ਨਾਲ ਜੁੜੀਏ ਜੇ ਮਾਲਕ ਨਾਲ ਜੁੜੀਏ ਉਹ ਜੇ ਬਣਾ ਦਿੰਦਾ ਦਸਵਾਂ ਸ਼ਲੋਕ ਜਿਹੇ ਸਿਮਰਤ ਗਤ ਪਈ ਜਿਹਦਾ ਸਿਮਰਨ ਕਰਨ ਦੇ ਨਾਲ ਜਿਹਦਾ ਭਜਨ ਕਰਨ ਦੇ ਨਾਲ ਉੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਹੁੰਦੀ ਗਤ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਤੇ ਭਜ ਰਹਿ ਤੈ ਮੀਤ ਮੇਰਿਆ ਮਿੱਤਰਾ ਮੇਰੇ ਮਿੱਤਰ ਪਿਆਰਿਆ ਉਹਨੂੰ ਯਾਦ ਕਰ ਉਹਨੂੰ ਸਿਮਰ ਜਿਹਨੂੰ ਯਾਦ ਕਰਨ ਨਾਲ ਉੱਚੀ ਹੋਈਦਾ ਹੈ ਮਹਾਨ ਹੋਈਦਾ ਹੈ ਔ ਉਹਨੂੰ ਸਿਮਰਿਏ ਜਿਹਨੂੰ ਸਿਮਰਨ ਦੇ ਨਾਲ ਜੀਵਨ ਦੇ ਵਿੱਚ ਮਹਾਨਤਾ ਆਉਂਦੀ ਹੈ ਕਿਤੇ ਲੋਕ ਵਿੱਦੀ ਚੰਦ ਨੂੰ ਕਹਿੰਦੇ ਹੁੰਦੇ ਸੀ ਚੋਰ ਐ ਚੋਰ ਐ ਚੋਰ ਐ ਬਸ ਜਦੋਂ ਸਿਮਰਿਆ ਵੇਖੋ ਕਿੰਨੀ ਰੰਗਤ ਲੱਗੀ ਕਿੰਨਾ ਮਹਾਨ ਸਿੱਖ ਬਣ ਗਿਆ ਵੀ ਵਿੱਦੀ ਚੰਦ ਸੀਨਾ ਗੁਰੂ ਦਾ ਸੀਨਾ ਬਣ ਗਿਆ ਜਿਹਨੂੰ ਲੋਕ ਭੂਮੀਆਂ ਚੋਰ ਚੁਰ ਕਹਿ ਕੇ ਬੁਲਾਉਂਦੇ ਹੁੰਦੇ ਸੀ ਕਿੰਨੀ ਰਹਿਮਤ ਹੋਈ ਕਿ ਗੁਰੂ ਨੇ ਆਪਣੇ ਵਰਗਾ ਹੀ ਬਣਾ ਲਿਆ ਦੇਖੋ ਜਦੋਂ ਸਤਗੁਰੂ ਕਿਰਪਾ ਕਰਦਾ ਫਿਰ ਆਪਣੇ ਵਰਗਾ ਬਣਾ ਲੈਂਦਾ ਫਿਰ ਉਹ ਵੱਖਰੇ ਨਹੀਂ ਰਹਿੰਦੇ ਗੁਰੂ ਵਰਗੇ ਬਣ ਜਾਂਦੇ ਨੇ ਕਹੋ ਨਾਨਕ ਸੁਨ ਰੇ ਮਨਾ ਆਉਦ ਘਟਤ ਹੈ ਨੀਤ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਤੁਹਾਡੀ ਉਮਰ ਘਟ ਰਹੀ ਹੈ ਆਉਦ ਘਟਤ ਹੈ ਨੀਤ ਆ ਉਮਰ ਘਟ ਰਹੀ ਹੈ ਵੱਧ ਨਹੀਂ ਰਹੀ ਉਹਨੂੰ ਯਾਦ ਕਰੀਏ ਉਹਨੂੰ ਸਿਮਰਿਏ ਉਹਦੇ ਵੱਲ ਜੁੜੀਏ ਉਮਰ ਤਾਂ ਘਾਟੀ ਰਹੀ ਹੈ ਪਿਆਰਿਓ ਇੱਕ ਇੱਕ ਸਵਾਸ ਘਟਦੇ ਨੇ ਇਸ ਲਈ ਜਿੰਨਾ ਟਾਈਮ ਹੈ ਉਸ ਟਾਈਮ ਨੂੰ ਸਫਲ ਬਣਾਈਏ ਅਸੀਂ ਇਸ ਜ਼ਿੰਦਗੀ 'ਚ ਆਇਆ ਨਾ ਸਾਨੂੰ ਚੰਗਾ ਲੱਗੇਗਾ ਜਦੋਂ ਮਰਾਂਗੇ ਨਾ ਫਿਰ ਸਾਨੂੰ ਚੰਗਾ ਲੱਗੇਗਾ ਵੀ ਆਪਾਂ ਕੁਝ ਕੀਤਾ ਦੁਨੀਆ ਦੇ ਲਈ ਸੰਸਾਰ ਦੇ ਲਈ ਕੁਝ ਕੀਤਾ ਦੁਨੀਆ ਨੂੰ ਕੁਝ ਦੇ ਰਹੇ ਆ ਚੰਗਾ ਲੱਗ ਰਿਹਾ ਵੀ ਸੰਸਾਰ ਨੂੰ ਕੁਝ ਦੇ ਰਹੇ ਆ ਕੋਈ ਗੁਰਬਾਣੀ ਦਾ ਗਿਆਨ ਵੰਡ ਰਹੇ ਆ ਕੋਈ ਗੁਰੂ ਦੀ ਗੱਲ ਕਰ ਰਹੇ ਆ ਜਿਸ ਦਿਨ ਮਰਨਾ ਨਾ ਆਪਾਂ ਸੰਸਾਰ ਤੋਂ ਜਾਣਾ ਸੁਰੱਖਿਰੂ ਹੋ ਕੇ ਮਰਨਾ ਸੁਰੱਖਿਰੂ ਹੋ ਕੇ ਜਾਣਾ ਵੀ ਕੁਝ ਨਾ ਕੁਝ ਤਾਂ ਕੀਤਾ ਨਾ ਸੀ ਆਪਣੀ ਕੌਮ ਲਈ ਦੁਨੀਆ ਲਈ ਲੋਕਾਂ ਲਈ ਕੁਝ ਨਾ ਕੁਝ ਤਾਂ ਕੀਤਾ ਹੋਰ ਕੁਝ ਨਹੀਂ ਸਾਡੇ ਕੋਲ ਧਨ ਦੌਲਤਾਂ ਹੈ ਨਹੀਂ ਜਿਹੜੀ ਵੰਡ ਸਕੀਏ ਉਹ ਤਾਂ ਆਈ ਚਲਾਈ ਚੱਲ ਰਹੀ ਹੈ ਪਰ ਸਾਡੇ ਕੋਲ ਗਿਆਨ ਹੈ ਜਿਹੜਾ ਗੁਰੂ ਨੇ ਦਿੱਤਾ ਹੋਇਆ ਸੋਜ ਸੋਜੀ ਹੈ ਸਮਝ ਹੈ ਉਹ ਅਸੀਂ ਤੁਹਾਡੇ ਚ ਵੰਡ ਰਹੇ ਹਾਂ ਬਸ ਇਹ ਗੱਲ ਸਮਝਣ ਵਾਲੀ ਜੋ ਤੁਹਾਡੇ ਕੋਲ ਹੈ ਉਹ ਦੁਨੀਆ 'ਚ ਖਿਲਾਰ ਕੇ ਜਾਓ ਬੁਰਾਈ ਨਹੀਂ ਚੰਗਿਆਈ ਚੰਗੀਆਂ ਚੀਜ਼ਾਂ ਵੀ ਜਦੋਂ ਮਰੀਏ ਨਾ ਫਿਰ ਕੋਸ਼ੋ ਕੇ ਮਰੀਏ ਸੁਰਖਰੂਓ ਕੇ ਮਰੀਏ ਵੀ ਆਪਾਂ ਆਏ ਸੀ ਚੰਗੇ ਕੰਮ ਕੀਤੇ ਸੰਸਾਰ ਲਈ ਕੁਝ ਵਧੀਆ ਕਰਕੇ ਦੁਨੀਆ ਲਈ ਗਏ ਸੋ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਪੱਲੇ ਬੰਨਿਏ ਤੇ ਆਪਣਾ ਜੀਵਨ ਸੁਹੇਲਾ ਬਣਾਈਏ ਜੀ ਇਤਨੀਆਂ ਬੇਨਤੀਆਂ ਸਵਾਰਕਾਰ ਕਰਨੀਆਂ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ